ਗੱਲ ਕਰਾਂਗੇ ਉਸ ਆ ਭਾਗਣ ਦੀ ਜਿਸ ਨੇ ਆਪਣੀ ਜ਼ਿੰਦਗੀ ਜਿਉਣ ਦੇ ਲਈ ਬੜੀ ਜਿੱਤੂ ਜ਼ਹਿਦ ਕੀਤੀ ਪਰ ਆਖਿਰਕਾਰ ਉਸ ਨੂੰ ਮੌਤ ਨੂੰ ਗੱਲ ਲਾਉਣਾ ਪਿਆ ਪਰ ਹੋਰਨਾ ਬਹੁਤ ਧੀਆ ਦੇ ਲਈ ਉਹ ਇੱਕ ਬਹੁਤ ਚੰਗਾ ਕੰਮ ਕਰਕੇ ਗਈ ਹੈ ਜਿਹੜਾ ਉਸਨੇ ਖੁਦਕੁਸ਼ੀ ਤੋਂ ਪਹਿਲਾਂ ਆਪਣੀ ਵੀਡੀਓ ਬਣਾਈ ਜਿਸ ਦੇ ਨਾਲ ਬਹੁਤ ਸਾਰੀਆਂ ਹੋਰ ਕੁੜੀਆਂ ਨੂੰ ਹਿੰਮਤ ਮਿਲੀ ਹੈ ਕਿ ਤੁਸੀਂ ਆਪਣੀ ਜਾਨ ਨਹੀਂ ਗਵਾਉਣੀ ਤੁਸੀਂ ਅਵਾਸ ਚੁੱਕਣੀ ਹੈ ਉਸ ਬੰਦੇ ਨੂੰ ਛੱਡ ਦੇਣਾ ਜਿਹੜਾ ਕਿ ਤੁਹਾਨੂੰ ਕੁੱਟਮਾਰ ਕਰਦਾ ਹੈ ਤੁਹਾਡੇ ਤੇ ਤਸ਼ੱਦਦ ਕਰਦਾ ਹੈ ਕਿਉਂਕਿ ਜ਼ਿੰਦਗੀ ਤੁਹਾਡੀ ਆਪਣੀ ਹੈ ਇਸ ਨੂੰ ਕਿਸੇ ਨੇ ਬੈ ਨਹੀਂ ਲਿਆ ਹੋਇਆ ਇਹ ਜ਼ਿੰਦਗੀ ਜਿਉਣ ਦਾ ਤੁਹਾਨੂੰ ਵੀ ਹੱਕ ਹੈ ਅਮਰੀਕਾ ਦੇ ਨਿਊਯਾਰਕ ਦੇ ਵਿੱਚ ਮੰਦੀਪ ਕੌਰ ਕੁੜਕੁਸ਼ੀ ਦਾ ਮਾਮਲਾ ਦੋਵਾਂ ਮੁਲਕਾਂ ਦੇ ਵਿੱਚ ਕਾਫੀ ਭੱਖ ਗਿਆ ਇੱਕ ਤਾਂ ਮਨਦੀਪ ਕੌਰ ਦਾ ਪਿੱਛੋੜ ਸਿੱਖ ਪਰਿਵਾਰ ਦੇ ਨਾਲ ਹੈ ਇਸ ਕਰਕੇ ਪੰਜਾਬ ਦੇ ਵਿੱਚ ਹਲਚਲ ਜ਼ਿਆਦਾ ਹੋ ਰਹੀ ਹੈ ਤੇ ਦੂਸਰਾ ਜਿਹੜਾ ਹੈਗਾ ਇੱਕ ਰੇਲੂ ਹਿੰਸਾ ਦੇ ਨਾਲ ਜੁੜਿਆ ਹੋਇਆ ਇਸ ਕਰਕੇ ਕੱਲੇ ਸਿੱਖਾਂ ਜਾਂ ਪੰਜਾਬੀਆਂ ਦਾ ਮਸਲਾ ਨਹੀਂ ਇਹ ਪੂਰੀ ਦੁਨੀਆ ਦਾ ਮਸਲਾ ਹੈ ਸਾਰੀ ਦੁਨੀਆ ਦੀਆਂ ਕੁੜੀਆਂ ਇਸ ਨੂੰ ਆਪਣੇ ਆਪ ਦੇ ਨਾਲ ਕਨੈਕਟ ਕਰਕੇ ਦੇਖਦੀਆਂ ਨੇ ਇਸ ਮਾਮਲੇ ਦੀ ਨਿਊਯਾਰਕ ਪੁਲਿਸ ਨੇ ਵੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਯੂਪੀ ਦੇ ਬਿਜਨੌਰ ਵਿੱਚ ਵੀ ਪਤੀ ਤੇ ਸੱਸ ਸਹੁਰੇ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਯੂਪੀ ਦੇ ਬਿਜਨੌਰ ਦੇ ਨਜੀਬਾਵਾਦ ਪੁਲਿਸ ਸਟੇਸ਼ਨ ਦੇ ਵਿੱਚ ਮਨਦੀਪ ਦੇ ਪਤੀ ਅਤੇ ਸਹੁਰਿਆਂ ਦੇ ਖਿਲਾਫ ਖੁਦਕੁਸ਼ੀ ਵਾਸਤੇ ਉਕਸਾਉਣ ਤੇ ਘਰੇਲੂ ਹਿੰਸਾ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਮਰੀਕਾ ਅਤੇ ਭਾਰਤ ਦੋਵਾਂ ਮੁਲਕਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਮਰਤਕ ਮਨਦੀਪ ਵਾਸਤੇ ਇਨਸਾਫ ਦੀ ਮੰਗ ਹੋ ਰਹੀ ਹੈ। ਇੱਕ ਡਿਜੀਟਲ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਮਨਦੀਪ ਦਾ ਪਤੀ ਦਾਵਾ ਕਰ ਰਿਹਾ ਹੈ ਕਿ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਜਿਹੜੀ ਹੋਈ ਹੈ ਉਹ 5 ਸਾਲ ਪੁਰਾਣੀ ਹੈ। ਪਰ ਇੱਥੇ ਵੀ ਉਸ ਇਨਸਾਨ ਨੂੰ ਲਾਹਨਤ ਹੀ ਪਾਈ ਜਾ ਸਕਦੀ ਹੈ ਕਿ ਜੇ 5 ਸਾਲ ਪੁਰਾਣੀ ਹੈ ਤਾਂ ਇਹਦੇ ਵਿੱਚ ਕਿਹੜੇ ਤੂੰ ਚੰਨ ਝਾੜ ਰਿਹਾ ਹੈਂ ਇਹਦੇ ਵਿੱਚ ਵੀ ਤੂੰ ਉਹਦੇ ਤੇ ਤਸ਼ੱਦਦ ਹੀ ਕਰ ਰਿਹਾ ਹੈਂ ਚਾਹੇ 5 ਸਾਲ ਪੁਰਾਣੀ ਹੋਵੇ ਚਾਹੇ 5 ਦਿਨ ਪੁਰਾਣੀ ਹੋਵੇ ਕਰਤਾ ਤੂੰ ਅਤਿਆਚਾਰ ਹੀ ਰਿਹਾ ਸੀ ਨ ਪਰ ਉਹ ਦਾਵਾ ਕਰਦਾ ਹੈ ਕਿ ਸਾਡਾ ਵਿਉਤਾ ਜੀਵਨ ਤਾਂ ਬਹੁਤ ਵਧੀਆ ਸੀ ਦੋਵਾਂ ਦੇ ਪਰਿਵਾਰ ਯੂਪੀ ਤੋਂ ਨੇ ਸੋਸ਼ਲ ਮੀਡੀਆ ਤੇ ਲੋਕ ਮੰਗ ਕਰ ਰਹੇ ਨੇ ਕਿ ਪਤੀ ਦੀ ਗ੍ਰਿਫਤਾਰੀ ਹੋਵੇ ਸਖਤ ਸਜ਼ਾ ਉਸ ਨੂੰ ਦਿੱਤੀ ਜਾਵੇ ਨਾਲ ਹੀ ਉਹਨਾਂ ਦੇ ਬੱਚਿਆਂ ਨੂੰ ਸੁਰੱਖਿਅਤ ਕਸਟਡੀ ਦੇਣ ਦੀ ਗੱਲ ਇਹ ਵੀ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਹੋ ਰਹੀ ਹੈ ਉਧਰ ਮੰਦੀਪ ਕੌਰ ਦੀ ਭੈਣ ਕੁਲਦੀਪ ਕੌਰ ਨੇ ਖਬਰ ਏਜੰਸੀ ਏਐਨਆਈ ਨੂੰ ਦੱਸਿਆ ਕਿ ਉਸਦੀ ਭੈਣ ਦਾ ਵਿਆਹ 2015 ਚ ਹੋਇਆ ਸੀ ਉਸ ਤੋਂ ਬਾਅਦ ਉਹ ਨਿਊਯਾਰਕ ਚਲੀ ਗਈ ਸੀ ਉਸਦੇ ਪਤੀ ਨੇ ਥੋੜੇ ਸਮੇਂ ਬਾਅਦ ਹੀ 50 ਲੱਖ ਰੁਪਏ ਮੰਗ ਲਏ ਸੀ ਤੇ ਨਾਲ ਹੀ ਕਿਹਾ ਸੀ ਕਿ ਉਸ ਨੂੰ ਪੁੱਤਰ ਚਾਹੀਦਾ ਤੇ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਸ ਦੇ ਵਿੱਚ ਵੀ ਉਹ ਕਹਿ ਰਿਹਾ ਹੈ ਕਿ ਧੀ ਨਹੀਂ ਉਹਨੂੰ ਪੁੱਤ ਚਾਹੀਦਾ ਨਿਊਯਾਰਕ ਸਿਟੀ ਦੇ ਵਿੱਚ ਭਾਰਤੀ ਵਾਣਜ ਦੂਤਕਰ ਨੇ ਵੀ ਪਤੀ ਦੇ ਤਸ਼ੱਦਦ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਵਾਲੀ ਮੰਦੀਪ ਕੌਰ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਕਿਹਾ ਕਿ ਉਹ ਪੀੜਤ ਪਰਿਵਾਰ ਨੂੰ ਹਰ ਲੋੜਿੰਦੀ ਸਹਾਇਤਾ ਦੇਣਗੇ ਮਨਦੀਪ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਆਪਣੇ ਉੱਤੇ ਹੁੰਦੇ ਜ਼ੁਲਮ ਦੀ ਵਿਥਿਆ ਵੀ ਸੁਣਾਈ ਸੀ ਤੇ ਦਿਖਾਈ ਸੀ ਆਨਲਾਈਨ ਵੀਡੀਓ ਪੋਸਟ ਕੀਤੀ ਸੀ ਜਿਸ ਵਿੱਚ ਉਸਨੇ ਆਪਣੇ ਪਤੀ ਰਣਜੋਧ ਵੀਰ ਸਿੰਘ ਸੰਧੂ ਵੱਲੋਂ ਸਾਲਾਂ ਤੋਂ ਕੀਤੀ ਜਾ ਰਹੀ ਕੁੱਟਮਾਰ ਦਾ ਪਰਦਾਫਾਸ਼ ਕੀਤਾ ਸੀ ਟਵੀਟ ਜਿਹੜਾ ਵਨ ਜਦੂਤਕਰ ਨੇ ਲਿਖਿਆ ਹੈ ਯਾਨੀ ਕਿ ਇੰਡੀਅਨ ਕੌਂਸਲੇਟ ਨੇ ਲਿਖਿਆ ਉਹਦੇ ਵਿੱਚ ਉਹਨਾਂ ਕਿਹਾ ਕਿ ਅਸੀਂ ਨਿਊਯਾਰਕ ਦੇ ਵਿੱਚ ਮਨਦੀਪ ਕੌਰ ਦੀ ਮੌਤ ਤੋਂ ਬਹੁਤ ਦੁਖੀ ਹਾਂ ਅਸੀਂ ਸੰਗੀਤ ਸਥਾਨਕ ਪਦਰ ਦੇ ਨਾਲ ਨਾਲ ਭਾਈਚਾਰੇ ਦੇ ਨਾਲ-ਨਾਲ ਅਮਰੀਕੀ ਅਧਿਕਾਰੀਆਂ ਦੇ ਸੰਪਰਕ ਵਿੱਚ ਆ ਅਸੀਂ ਹਰ ਦੀ ਮਦਦ ਕਰਨ ਲਈ ਤਿਆਰ ਹਾਂ ਮਨਦੀਪ ਕੌਰ ਦੀ ਖੁਦਕੁਸ਼ੀ ਤੋਂ ਬਾਅਦ ਆਮ ਲੋਕ ਹੀ ਨਹੀਂ ਬਲਕਿ ਸਿਆਸਤਦਾਨ ਹੋਣ ਜਾਂ ਫਿਰ ਅਦਾਕਾਰ ਹੋਣ ਕਲਾਕਾਰ ਹੋਣ ਸਮਾਜ ਸੇਵੀ ਹੋਣ ਹਰ ਕੋਈ ਇਸ ਤੇ ਆਵਾਜ਼ ਚੁੱਕ ਰਿਹਾ ਹੈ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਗਵ ਚੱਡਾ ਨੇ ਕਿਹਾ ਕਿ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕੇਂਦਰੀ ਵਿਦੇਸ਼ ਮੰਤਰੀ ਤੋਂ ਸਮਾ ਮੰਗਿਆ ਰਾਗਵ ਚੱਡਾ ਨੇ ਟਵੀਟ ਕੀਤਾ ਕਿ ਮਨਦੀਪ ਕੌਰ ਦੀ ਘਰੇਲੂ ਹਿੰਸਾ ਕਰਕੇ ਹੋਈ ਮੌਤ ਦੁਖਦਾਈ ਹੈ ਤੇ ਇਸ ਘਟਨਾ ਨੇ ਸਭ ਨੂੰ ਕਹਿੰਦੇ ਤੋੜ ਕੇ ਰੱਖ ਦਿੱਤਾ ਹੈ ਪੰਜਾਬ ਸਰਕਾਰ ਦੇ ਵਿੱਚ ਸੈਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਵੀ ਕਿਹਾ ਕਿ ਦੁਨੀਆ ਭਰ ਦੀਆਂ ਔਰਤਾਂ ਨੂੰ ਘਰੇਲੂ ਹਿੰਸਾ ਵਿਰੁੱਧ ਇਕਜੁੱਟ ਹੋ ਕੇ ਆਵਾਜ਼ ਚੁਕਣੀ ਚਾਹੀਦੀ ਹੈ ਤਾਂ ਜੋ ਕਿਸੇ ਔਰਤ ਨਾਲ ਅਜਿਹੀ ਘਟਨਾ ਨਾ ਵਾਪਰੇ